ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਸੇ ਨੇ ਸਵਾਲ ਕੀਤਾ, ਸਾਈ ਜੀ ਕਿਸੇ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜਿਹੜੇ ਤੇਰੇ ਦਿਲ ਨੂੰ ਭਾ ਜਾਂਦੇ ਆ, ਇਹ ਤੁਹਾਡੀ ਗੱਲ ਹੋ ਰਹੀ ਹੈ ਬਾਬਿਓ, ਜਿਹੜੇ ਤੇਰੇ ਗੱਲਾਂ ਤੇ ਖਰੇ ਉਤਰਦੇ ਆ, ਓਏ ਦੀਨ ਦੁਨੀਆ ਦੇ ਮਾਲਕਾ ਜਿਹੜੇ ਤੈਨੂੰ ਮੰਨਦੇ ਆ, ਤੂੰ ਜਿਹਨਾਂ ਤੇ ਮਿਹਰਬਾਨ ਹੋ ਜਾਂਦਾ, ਤੂੰ ਉਹਨਾਂ ਨੂੰ ਕੀ ਬਖਸ਼ਦਾ? ਜੰਨਤ, ਪੈਸਾ, ਦੌਲਤ, ਸ਼ੌਹਰਤ, ਮਾਇਆ, ਗੱਡੀਆਂ, ਕਾਰਾਂ, ਕੋਠੀਆਂ, ਰਿਸ਼ਤੇਦਾਰੀਆਂ? ਧੰਨ ਗੁਰੂ ਨਾਨਕ ਪਾਤਸ਼ਾਹ ਕੀ ਜਵਾਬ ਦਿੰਦੇ ਸੁਣਿਓ, ਇਹ ਅਗਲੇ ਨਹੀਂ ਟਿਕ ਰਹੇ ਗੱਲਾਂ ਕਰਨ ਤੋਂ। ਭੈਣੇ ਮੈਂ ਕੀ ਗੱਲ ਕਹੀ ਹੈ ਮਾੜਾ ਜਿਹਾ ਦੱਸਿਓ। ਹੁਣੇ ਮੈਂ ਹੁਣੇ ਇੱਕ ਗੱਲ ਸੁਣਾਈ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੀ, ਪਤਾ ਕਿਸੇ ਨੂੰ? ਤੁਹਾਨੂੰ ਪਤਾ? ਧਿਆਨ ਇੱਧਰ ਉੱਧਰ ਨਹੀਂ, ਇਹ ਉਹ ਕਲਾਸ ਹੈ ਜੇ ਇਸ ਕਲਾਸ ਦੇ ਵਿੱਚੋਂ ਇੱਕ ਵੀ ਅੱਖਰ ਭੁੱਲ ਗਿਆ ਫੇਲ ਹੋ, ਫਿਰ ਨਹੀਂ ਪੇਪਰਾਂ 'ਚ ਪਾਸ ਹੋਣਾ। ਤੁਸੀਂ ਕੀ ਸੋਚਦੇ ਹੋ ਕਿ ਸਾਈ ਜੀ ਦੇ ਨਾਲ ਜੇ ਪਿੱਠ ਲਾ ਕੇ ਬੈਠੇ ਹੋ ਰੱਬ ਮਿਲੂਗਾ? ਨਹੀਂ। ਤੁਸੀਂ ਕੀ ਸੋਚਦੇ ਹੋ ਕਿ ਜੇ ਸਾਈ ਜੀ ਕਹਿ ਦੇਣਗੇ ਤੂੰ ਮੇਰਾ ਹੈ ਰੱਬ ਮਿਲੂਗਾ? ਨਹੀਂ। ਰੱਬ ਕਿੱਦਾਂ ਮਿਲੂਗਾ? ਸੁਣਿਓ, ਕਿੱਦਾਂ ਮਿਲਣਾ? ਉਹ ਪਾ ਕੇ ਬੈਠੇ ਆ, ਉਹ ਰਸਤਾ ਉਹਨੂੰ ਹੀ ਦੱਸਣਗੇ ਜਿਹੜਾ ਉਹਦੇ ਬਰਾਬਰ ਦਾ ਹੋਊਗਾ, ਬਾਕੀਆਂ ਨੂੰ ਰਸਤੇ ਨਹੀਂ ਪਾਉਂਦੇ। ਬਾਕੀਆਂ ਨੂੰ ਕਹਿਣਗੇ ਤਪੱਸਿਆ ਕਰ, ਜਦੋਂ ਲੱਗਣ ਲੱਗੇ ਦੱਸਾਂਗੇ। ਦੁਬਾਰਾ ਰਿਪੀਟ ਕਰਦਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ, ਪਾਤਸ਼ਾਹ ਜਦੋਂ ਤੁਸੀਂ ਕਿਸੇ 'ਤੇ ਮਿਹਰਬਾਨ ਹੁੰਦੇ ਹੋ, ਜਦੋਂ ਕੋਈ ਤੁਹਾਡੇ ਅਕੀਦੇ ਵਿੱਚ ਰਹਿੰਦਾ, ਤੁਹਾਡੇ ਦਾਇਰੇ ਵਿੱਚ ਰਹਿੰਦਾ, ਕੀ ਤੁਸੀਂ ਉਹਨੂੰ ਕੋਠੀਆਂ, ਕਾਰਾਂ, ਰਿਸ਼ਤੇਦਾਰੀਆਂ, ਉੱਚੇ ਅਹੁਦੇ, ਮਹਿਲ, ਮਨਾਰੇ, ਕੀ ਖੁਸ਼ੀਆਂ, ਰਿਸ਼ਤੇਦਾਰੀਆਂ ਬਖਸ਼ਦੇ ਹੋ? ਧੰਨ ਗੁਰੂ ਨਾਨਕ ਪਾਤਸ਼ਾਹ ਬੜੀ ਬੇਖੂਬੀ ਦੇ ਨਾਲ, ਬੜੀ ਸੁੰਦਰ ਤਰੀਕੇ ਦੇ ਨਾਲ ਜਵਾਬ ਦਿੰਦੇ, ਕਹਿੰਦੇ ਨਹੀਂ ਭਾਈ, ਮੈਂ ਜਿਹਦੇ 'ਤੇ ਮਿਹਰਬਾਨ ਹੋ ਜਾਵਾਂ ਨਾ, ਮੈਂ ਉਹਨੂੰ ਸੰਗਤ ਬਖਸ਼ ਦੇਣਾ। ਸੰਗਤ, ਅੱਜ ਧਿਆਨ ਮਾਰਿਓ, ਕੁੱਲ ਦੁਨੀਆ 'ਚ ਕਿੰਨੇ ਲੋਕ ਨੇ, ਕਿੰਨੇ ਤਰ੍ਹਾਂ ਦੇ, ਕਿਹੜੀ ਕਿਹੜੀ ਨਸਲ ਦੇ? ਤੁਸੀਂ ਕੁਝ ਕੁ ਲੋਕ ਹੋ ਜਿਹੜੀ ਸੰਗਤ ਨੂੰ ਮਾਣ ਰਹੇ ਹੋ, ਬਾਕੀ ਕੋਈ ਇਸ ਵੇਲੇ ਠੇਕਿਆਂ 'ਤੇ ਦਾਰੂ ਪੀ ਰਿਹਾ, ਕੋਈ ਅੱਜ ਕੋਈ ਗੰਦੀ ਤੋਂ ਗੰਦੀ ਹਰਕਤ ਕਰ ਰਿਹਾ ਹੋਊਗਾ, ਕੋਈ ਧੀ ਭੈਣ ਆਪਣੀ ਅਸ਼ਲੀਲਤਾ ਫੈਲਾ ਰਹੀ ਹੋਊਗੀ, ਕੋਈ ਨੌਜਵਾਨ ਆਪਣੀ ਮਾਂ ਪਿਓ ਦਾ ਖਿਆਲ ਨਾ ਰੱਖਦੇ ਹੋਏ ਉਹਨੇ ਹੱਦਾਂ ਪਾਰ ਕੀਤੀਆਂ ਹੋਣਗੀਆਂ, ਪਰ ਤੁਸੀਂ ਭਾਗਾਂ ਵਾਲੇ ਹੋ ਜਿਹੜੀ ਸੰਗਤ 'ਚ ਬੈਠੇ ਹੋ। ਇਹਨੂੰ ਮਾਣੋ, ਇਹਦਾ ਲਾਭ ਉਠਾਓ, ਇਸ ਸੰਗਤ ਦਾ। ਇਸ ਨਗਰ 'ਚ ਇੰਨੇ ਕੀ ਲੋਕ ਨਹੀਂ ਹੋਣੇ, ਮੈਨੂੰ ਪਤਾ ਹੈ ਇਸ ਨਗਰ 'ਚ ਬਹੁਤ ਲੋਕ ਹੋਣਗੇ ਜੇ ਇੱਥੇ ਆ ਕੇ ਖੜੇ ਹੋ ਜਾਣ, ਸ਼ਾਇਦ ਪੈਰ ਧਰਨ ਨੂੰ ਜਗ੍ਹਾ ਨਾ ਮਿਲੇ, ਪਰ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਸੰਗਤ 'ਚ ਬੈਠੇ ਹੋ, ਗੁਰੂ ਦੀ ਗੱਲ ਸੁਣ ਰਹੇ ਹੋ। ਕੀ ਮੈਂ ਇੱਥੇ ਆ ਕੇ ਕੋਈ ਅਸ਼ਲੀਲਤਾ ਦੀ ਗੱਲ ਕੀਤੀ ਹੈ? ਕੋਈ ਮੈਂ ਪੰਜਾਬੀ ਗੀਤ ਗਾਏ ਆ? ਮੈਂ ਰੱਬ ਘਰ ਦੀ ਗੱਲ ਕੀਤੀ। ਆਓ, ਉਹ ਕਵਾਲੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜੇ ਕਵਾਲੀ ਸੁਣ ਗਿਆ ਨਾ ਬਾਬਿਓ, ਫਿਰ ਕਦੇ ਵੀ ਫਕੀਰ ਦਾ ਦਰਬਾਰ ਨਹੀਂ ਛੱਡੋਗੇ, ਅਤੇ ਨਾ ਕਦੇ ਰੱਬ ਨਾਲ ਰੋਸਾ ਕਰੋਗੇ ਵੀ ਤੂੰ ਸਾਡਾ ਸਵਾਰਿਆ ਕੁਛ ਨਹੀਂ। ਇਹ ਜ਼ਰੂਰੀ ਨਹੀਂ ਸਾਈ ਜੀ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ ਜ਼ਰੂਰੀ ਨਹੀਂ ਕਿ ਤੁਸੀਂ ਇਹ ਸੋਚੋ ਕਿ ਰੱਬ ਨੇ ਮੇਰੇ ਨਾਲ ਕੀ ਮਾੜਾ ਕਰ ਦਿੱਤਾ, ਮੇਰਾ ਕੰਮ ਨਹੀਂ ਬਣਦਾ। ਇਹ ਜ਼ਰੂਰੀ ਨਹੀਂ ਕਿ ਰੱਬ ਨੇ ਹੀ ਮਾੜਾ ਕੀਤਾ ਜਾਂ ਤੁਸੀਂ ਮਾੜਾ ਕੀਤਾ, ਨਹੀਂ। ਕਈ ਵਾਰੀ ਚੰਗੇ ਹੋਣ ਦੀ ਵੀ ਸਜ਼ਾ
ਸਾਨੂੰ ਭੁਗਤਣੀ ਪੈਂਦੀ। ਚੰਗਾ ਹੋਣ ਦੀ ਵੀ ਸਜ਼ਾ ਮਿਲਦੀ ਹੈ ਉਸ ਅਕਾਲ ਪੁਰਖ ਤੋਂ। ਪਰ ਇੱਕ ਗੱਲ ਯਾਦ ਰੱਖਿਓ, ਜਿਸ ਇਨਸਾਨ ਨੇ ਚਾਰ ਚੀਜ਼ਾਂ ਪੱਲੇ ਬੰਨ ਲਈਆਂ ਨਾ ਬਾਬਿਓ, ਇੱਕ ਜ਼ਿੰਦਗੀ 'ਚ ਕਦੇ ਝੂਠ ਨਹੀਂ ਰੱਖਣਾ, ਝੂਠ ਤੋਂ ਦੂਰ ਰਹੋ। ਝੂਠ ਕੌਣ? ਅਸੀਂ ਮਾੜੇ ਇਨਸਾਨ ਨੂੰ ਕਹਿੰਦੇ ਜਾਓ ਝੂਠਾ ਤੇਰੇ ਵਰਗੇ ਵੀ ਦੇਖਦੇ ਹਾਂ, ਅਸੀਂ ਝੂਠ ਨਹੀਂ ਬਣਨਾ। ਇਹਦੀ ਗੱਲ ਉੱਥੇ ਕਰਤੀ, ਇਹਦੀ ਉੱਥੇ, ਇਹਦੀ ਉੱਥੇ, ਨਹੀਂ। ਸਾਡੀ ਅੱਖਾਂ ਦੇ ਸਾਹਮਣੇ ਜੋ ਹੋਇਆ ਸੱਚ ਕਹਿ ਦਿਓ, ਤੁਹਾਡਾ ਗਲਾ ਨਹੀਂ ਉਤਰਨ ਲੱਗਾ। ਉਹ ਬੈਠਾ ਡਾਡਾ, ਉਹ ਸਤਿਗੁਰ ਬੈਠਾ ਜਿਹਨੇ ਦੁਨੀਆਂ 'ਤੇ ਭੇਜਿਆ, ਉਹ ਆਪਣੀ ਆਈ 'ਤੇ ਆ ਜਾਵੇ, ਕੱਖ ਨਹੀਂ ਵਿਗੜਨ ਦਿੰਦਾ। ਇੱਕ ਝੂਠ, ਇੱਕ ਜ਼ਿੰਦਗੀ 'ਚ ਝੂਠ, ਇਹ ਦੋ ਚੀਜ਼ਾਂ ਦਾ ਕਦੇ ਵੀ ਸੇਵਨ ਨਾ ਕਰਿਓ। ਇਹ ਨਸ਼ੇ ਤੋਂ ਵੀ ਮਾੜੀਆਂ ਨੇ, ਇਹ ਨਰਕਾਂ ਨੂੰ ਲੈ ਜਾਣਗੀਆਂ। ਔਰ ਦੋ ਚੀਜ਼ਾਂ ਪੱਲੇ ਕਿਹੜੀ ਬਣਨੀਆਂ ਨੇ? ਝੂਠ ਤੇ ਝੂਠ। ਇਹਦਾ ਸੇਵਨ ਨਹੀਂ ਕਰਨਾ, ਇਹਦਾ ਡਰ ਨਹੀਂ ਛੱਡਣਾ, ਤੇ ਇਹਦਾ ਡਰ ਨਹੀਂ ਛੱਡਣਾ। ਜਦੋਂ ਸਾਈਂ ਦਾ ਡਰ ਮਨ 'ਚ ਰਹੂਗਾ ਨਾ, ਹਰ ਕੰਮ ਗਲਤ ਕਰਨ ਤੋਂ ਪਹਿਲਾਂ ਡਰ ਆਊਗਾ, ਸਾਈਂ ਜੀ ਕਿਤੇ ਸਜ਼ਾ ਨਾ ਦੇ ਦੇਣ। ਇੱਕ ਇਹਦਾ ਡਰ ਨਾ ਛੱਡਿਓ, ਜਦੋਂ ਇਹਦੇ ਡਰ ਨਾਲ ਜੁੜੇ ਹੋਵੋਗੇ ਤੇ ਕੋਈ ਵੀ ਮਾੜੀ ਚੀਜ਼ ਤੁਹਾਡੇ ਨੇੜੇ ਨਹੀਂ ਆ ਸਕਦੀ। ਇਹਦਾ ਡਰ ਨਾ ਛੱਡਿਓ, ਇਹਦਾ ਡਰ ਨਾ ਛੱਡਿਓ, ਵਿਹੜੇ ਆਪੇ ਹੀ ਪਾਰ ਹੋ ਜਾਣੇ। ਮੇਰੇ ਸਾਈਂ ਕਹਿੰਦੇ ਆ ਆਪੇ ਹੀ ਵਿਹੜੇ ਪਾਰ ਹੋ ਜਾਣਗੇ। ਅਸੀਂ ਹਮੇਸ਼ਾ ਸੁਣਦੇ ਹਾਂ ਗਿਆਰਵੀਂ ਵਾਲੀ ਸਰਕਾਰ ਨੇ ਮਾਈ ਰੂੜੀ ਦਾ ਬੇੜਾ ਡੋਬਤਾ। ਹੋਏ ਭਲਿਓ ਲੋਕੋ, ਜਿਹੜਾ ਡੁੱਬੇ ਬੇੜੇ ਤਾਰਨ ਆਇਆ ਉਹ ਕਿਸੇ ਦਾ ਕੀ ਬੇੜਾ ਡੋਬੂਗਾ? ਕਦੇ ਨਹੀਂ ਬੇੜਾ ਡੋਬਦਾ, ਇਹ ਝੂਠ ਹੈ। ਇਹਨਾਂ ਕਹਿ ਸਕਦੇ ਹਾਂ ਮਾਈ ਰੂੜੀ ਦਾ ਬੇੜਾ ਆਪਣੇ ਕੋਲ ਗਹਿਣੇ ਜ਼ਰੂਰ ਰੱਖ ਲਿਆ ਹੋਊਗਾ, ਪਰ ਡੁੱਬਦੇ ਨਹੀਂ। ਜਿਹੜਾ ਕੁੱਲ ਦੁਨੀਆਂ ਦਾ ਮਾਲਕ ਦੁਨੀਆਂ ਨੂੰ ਤਾਰਨ ਆਇਆ ਉਹ ਡੋਬੂਗਾ ਥੋੜ੍ਹੀ, ਉਹ ਤਾਂ ਤਾਰਨ ਆਇਆ ਨਾ। ਭਲਿਓ ਲੋਕੋ, ਇਹ ਸੱਚਾਈ ਹੈ। ਜਦੋਂ ਰੱਬ ਮਿਹਰਬਾਨ ਹੋਵੇ, ਅੱਜ ਮੈਂ ਪ੍ਰੋਗਰਾਮ ਲਾਉਣ ਤੋਂ ਬਾਅਦ ਨਾਰੇ ਸ਼ਰੀਫ ਗਿਆ ਵਾ, ਨਾਰੇ ਸ਼ਰੀਫ ਸੁਣਿਓ। ਗਿਆਰਵੀਂ ਵਾਲੀ ਸਰਕਾਰ ਦਾ ਪੁੱਤ, ਗਿਆਰਵੀਂ ਵਾਲੀ ਸਰਕਾਰ ਦਾ ਆਸ਼ਕ, ਉਹਦਾ ਮੁਰੀਦ ਬਾਬਾ ਜੀਵਨ ਸ਼ਾਹ ਕਾਦਰੀ, ਮੈਂ ਅੱਜ ਉਹਦੀ ਸੰਗਤ ਕਰਕੇ ਆਇਆ। ਸੰਗਤ ਹਰ ਫਕੀਰ ਦੀ ਕਰਨੀ ਚਾਹੀਦੀ ਹੈ, ਕੀ ਪਤਾ ਕਿੱਥੋਂ ਕੀ ਮਿਲ ਜੇ। ਅਗਰ ਹੁਣ ਸੋਚਿਆ ਜਾਵੇ ਜਿਹੜੇ ਵੰਡੀਆਂ ਪਾ ਕੇ ਬੈਠੇ ਹੈ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਯੇ ਹਾਂ, ਮੈਂ ਵੋ ਹਾਂ, ਉਹ ਗਿਆਰਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਨਾਰੇ ਸ਼ਰੀਫ। ਬਹੁਤ ਵੱਡੀ ਦਰਗਾਹ ਬਣੀ ਹੈ ਗਿਆਰਵੀਂ ਵਾਲੀ ਸਰਕਾਰ ਦੀ, ਉੱਥੇ ਹਾਜ਼ਰੀ ਭਰਦੇ ਆ ਲੋਕ। ਉਹ ਇੱਕ ਦਿਨ ਗਏ, ਉਹ ਸਰਕਾਰ ਗਏ ਪੀਰਨ, ਗਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਸੇ ਨੇ ਜਗ੍ਹਾ ਬਣਾਈ ਹੋਈ ਛੋਟੀ ਜਿਹੀ, ਉੱਪਰ ਟੀਨ ਪਾਏ ਹੋਏ ਟੀਨ। ਉਸ ਫਕੀਰ ਨੇ ਜਦੋਂ ਦੇਖਿਆ ਕਿ ਕੁੱਲ ਦੁਨੀਆਂ ਦਾ ਮਾਲਕ ਕਿੱਦਾਂ, ਮਾਲਕ ਕਿੱਦਾਂ, ਅਸੀਂ ਮੰਗਦੇ ਹਾਂ ਇਹਨਾਂ ਕੋਲੋਂ, ਇਹ ਮੰਗਦੇ ਆਪਣੇ ਪੀਰ ਕੋਲੋਂ, ਇਹਦਾ ਪੀਰ ਮੰਗਦਾ ਹੈ ਆਪਣੇ ਵਲੀ ਕੋਲੋਂ, ਉਹ ਵਲੀਆਂ ਮੰਗਦੇ ਨੇ ਬਾਬੇ ਨਾਨਕ ਕੋਲੋਂ, ਡਿਊਟੀ ਬਾਬੇ ਨਾਨਕ ਦੀ ਲੱਗੀ ਹੋਈ ਖਜ਼ਾਨੇ ਤੋਂ। ਇਹ ਜੋ ਮਾਇਆ ਆ ਰਹੀ ਹੈ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਖਜ਼ਾਨੇ 'ਚੋਂ ਆ ਰਹੀ ਹੈ। ਇੱਕ ਵਾਰੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੋਂ ਤਾੜੀ ਲਾਓ। ਉਸ ਫਕੀਰ ਨੇ ਜਦੋਂ ਬਾਬੇ ਜੀਵਨ ਸ਼ਾਹ ਕਾਦਰੀ ਨੇ ਦੇਖਿਆ ਕਿ ਕੁੱਲ ਦੁਨੀਆਂ ਦਾ ਮਾਲਕ ਪਹਿਲੀ ਪਾਤਸ਼ਾਹੀ, ਉਹਦੀ ਜਗ੍ਹਾ ਛੋਟੀ ਜਿਹੀ ਬਣਾਈ ਹੈ ਬਾਬੇ, ਉਹਨੇ 35 ਲੱਖ ਰੁਪਇਆ ਲਾ ਕੇ। ਤੁਸੀਂ ਕਦੇ ਜਾਇਓ, ਜਦੋਂ ਪੀਰ ਨਗਾਏ ਜਾਂਦੇ ਹੋ, ਜਦੋਂ ਵੜਦੇ ਹੀ ਹੋ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਸੋਹਣੀ ਇੱਕ ਤਸਵੀਰ ਬਣਾਈ ਹੈ ਔਰ ਉਹਨੂੰ ਸ਼ੀਸ਼ੇ ਦੇ ਵਿੱਚ ਜੜਵਾਇਆ ਹੋਇਆ, ਉਹਦੇ ਉੱਪਰ ਲਿਖਿਆ ਹੋਊਗਾ, ਪੜ੍ਹਿਓ ਕਦੇ। ਉਸ ਫਕੀਰ ਨੇ, ਮੈਂ ਵਾਰੇ ਜਾਵਾਂ ਉਹਦੇ ਕੋਲ, ਅੱਲਾ ਪਾਕ ਉਹਨੂੰ ਹਮੇਸ਼ਾ ਖੁਸ਼ ਰੱਖੇ, ਜੰਨਤ ਨਸੀਬ ਕਰੇ, ਚੜ੍ਹਦੀ ਕਲਾ ਰੱਖੇ। ਉਹ ਜਦੋਂ ਆਪਣੀ ਉਮਰ ਹੰਡਾ ਕੇ, ਕਿਉਂਕਿ
ਸੱਠ ਸੱਤਰ ਸਾਲ ਦੇ ਹੋ ਗਏ, ਫਕੀਰ ਉਦੋਂ ਹੀ ਮਰ ਜਾਂਦੇ ਆ ਜਦੋਂ ਉਹਨਾਂ ਨੂੰ ਫਕੀਰੀ ਮਿਲ ਜਾਂਦੀ ਆ, ਉਹ ਆਪਣੇ ਆਪ ਨੂੰ ਉਦੋਂ ਹੀ ਮਾਰ ਲੈਂਦੇ ਆ। ਇਹ ਤੱਕ ਦੁਨੀਆਦਾਰੀ ਨੂੰ ਰੱਖਣ ਲਈ ਜਿਉਂਦੇ ਆ, ਉਹ ਜਦੋਂ ਵੀ ਆਪਣੀ ਅਸੀਂ ਤਾਂ ਕਹਿੰਦੇ ਸਾਡੀ ਵੀ ਉਮਰ ਉਹਨੂੰ ਲੱਗ ਜਾਏ, ਜਦੋਂ ਵੀ ਇਸ ਦੁਨੀਆਂ ਤੋਂ ਜਾਣ, ਅਸੀਂ ਦੁਆ ਕਰਦੇ ਹਾਂ ਕਿ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੀ ਗੋਦ 'ਚ ਰੱਖੇ। ਉਸ ਫਕੀਰ ਨੇ 35 ਲੱਖ ਰੁਪਇਆ ਲਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉੱਥੇ ਸਥਾਨ ਬਣਾਇਆ, ਸੋਹਣੀ ਸੋਹਣੀ ਚੀਜ਼ ਸਜਾਈ। ਹਰ ਸਾਲ ਆਪਣੇ ਪੈਸਿਆਂ ਨੂੰ ਇਕੱਠਾ ਕਰਕੇ ਉਸ ਵਲੀਆਂ ਦੇ ਨਾਮ ਦਾ ਉੱਥੇ ਜਾ ਕੇ ਹਰ ਸਾਲ ਨਿਸ਼ਾਨ ਸਾਹਿਬ ਚੜਾਉਂਦੇ ਆ ਨਵਾਂ। ਹੁਣ ਦੇਖਿਆ ਜਾਵੇ ਉਹ ਦਰਬਾਰ ਤੇ 11ਵੀਂ ਵਾਲੀ ਸਰਕਾਰ ਦਾ, ਉਹਨੇ ਜਗ੍ਹਾ ਕਿਉਂ ਬਣਾਈ? ਕਿਉਂਕਿ ਉਹ ਸਮਝ ਚੁੱਕਿਆ ਵੀ ਫਰਕ ਕੁਛ ਨਹੀਂ, ਇਹ ਉਹੀ ਨੇ। ਕੋਈ ਕਿਹੜੇ ਰੂਪ ਚ ਬੈਠਾ, ਕੋਈ ਕਿਸੇ ਰੂਪ ਚ ਬੈਠਾ ਹੈ, ਕੋਈ ਹਮ ਅੱਲਾ ਕੋ ਵੀ ਮਾਨਤੇ ਹੈ, ਸ਼੍ਰੀ ਰਾਮ ਜੀ ਕੋ ਵੀ ਪੂਜਤੇ ਹੈ, ਹਮ ਅੱਲਾ ਕੋ ਵੀ ਮਾਨਤੇ ਹੈ, ਸਿਰ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਚੁੱਕਿਆ, ਸ਼੍ਰੀ ਰਾਮ ਜੀ ਕੋ ਵੀ ਪੂਜਤੇ ਹੈ, ਹਮ ਮਸੀਹ ਕੋ ਵੀ ਮਾਨਤੇ ਹੈ, ਬਾਕੀ ਯੇ ਦੁਨੀਆ ਕੀ ਬਾਤੇ ਮੇਰੇ ਲਈ ਫੇਕ ਹੈ। ਮੁਝੇ ਇਤਨਾ ਤੋਂ ਅੰਦਾਜ਼ਾ ਹੈ ਸਾਈਂ ਜੀ, ਯੇ ਚਾਰ ਨਹੀਂ ਏਕ ਹੈ, ਯੇ ਚਾਰ ਨਹੀਂ ਏਕ ਹੈ। ਉਹ ਨਾਰੇ ਸ਼ਰੀਫ ਵਾਲੇ ਸਾਈਂ ਜੀ ਨੇ ਮੈਨੂੰ ਇੱਕ ਹੋਰ ਗੱਲ ਦੱਸੀ, ਇੱਕ ਮੁੰਡਾ ਆਇਆ ਕੈਨੇਡਾ ਤੋਂ ਜਿਹਨੂੰ ਰੱਬ ਨਾ ਨਾ ਮਾਰੇ ਸੁਣੇ ਹੋਏ, ਹਕੀਕਤ ਦੀ ਤੁਹਾਡੇ ਇਸੇ ਇਲਾਕੇ ਦੀ ਗੱਲ ਸਾਈਂ ਜੀ ਦੱਸਦੇ ਸੀ। ਇੱਕ ਮੁੰਡਾ ਆਇਆ ਕੈਨੇਡਾ ਤੋਂ, ਉਹਨੇ ਸੋਨੇ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲਿਆ, ਨੱਤੀਆਂ ਪਾ ਲਈਆਂ, ਹਾਰ ਗਾਨੀਆਂ, ਛਾਂਪਾਂ ਛੱਲੇ ਪਾ ਲਏ, ਉਹਨੂੰ ਅਚਾਨਕ ਕਰੰਟ ਲੱਗ ਗਿਆ। ਕਰੰਟ ਲੱਗਣ ਦੇ ਕਾਰਨ ਘਰਦਿਆਂ ਨੂੰ ਲੱਗਾ ਕਿ ਇਹਦੀ ਮੌਤ ਹੋ ਗਈ। ਉਹਨਾਂ ਨੇ ਸੋਨਾ ਤਾਰਿਆ ਨਹੀਂ, ਉਹਨੂੰ ਏਦਾਂ ਹੀ ਦਫ਼ਨ ਕਰ ਦਿੱਤਾ ਮਿੱਟੀ 'ਚ। ਤੁਸੀਂ ਮੰਨੋਗੇ, ਰਾਤ ਨੂੰ ਕੋਈ ਨੌਜਵਾਨ ਗਏ, ਇਹ ਰੱਬ ਜਾਂਦਾ ਹੈ, ਉਹ ਚੋਰ ਨਹੀਂ ਸੀ। ਦੋ ਮੁੰਡੇ ਗਏ, ਉਹਨਾਂ ਮੁੰਡਿਆਂ ਨੇ ਸੋਚਿਆ ਕਿ ਉਹਨੂੰ ਸੋਨੇ ਦੇ ਸਣੇ ਦੱਬ ਗਿਆ, ਚਲੋ ਸੋਨਾ ਉਤਾਰ ਲਿਆਈਏ। ਇਹ ਸੱਚਾਈ ਹੈ, ਇਹ ਕੋਈ ਗੱਲ ਬਣੀ ਨਹੀਂ, ਇਹ ਹਕੀਕਤ ਦੀ ਗੱਲ ਤੁਹਾਡੇ ਏਰੀਏ ਦੀ। ਮੇਰੇ ਦਿਮਾਗ 'ਤੇ ਵਿੱਚੋਂ ਨਾਮ ਨਿਕਲ ਗਿਆ ਜੋ ਸਾਈਂ ਜੀ ਨਾਮ ਲੈ ਰਹੇ ਸੀ, ਬਾਬਾ ਜੀ। ਉਹ ਮੁੰਡੇ ਜਦੋਂ ਟੋਆ ਪੱਟਣ ਲੱਗੇ, ਅੰਦਰੋਂ ਉਹ ਨੌਜਵਾਨ ਬੋਲ ਪਿਆ, ਕਹਿੰਦੇ ਮੈਂ ਹਲੇ ਜਿਉਂਦਾ, ਕਈ ਦੇਖ ਕੇ ਮਾਰਿਓ ਮੇਰੇ ਨਾਲ ਲੱਗ ਜਾਵੇ। ਉਹ ਜਿਉਂਦਾ ਨਿਕਲ ਆਇਆ, ਉਹਨਾਂ ਨੌਜਵਾਨਾਂ ਨੇ ਕਿਹਾ, ਕਹਿੰਦੇ ਅਸੀਂ ਤੇ ਆਏ ਸੀ ਇਹ ਸੋਨਾ ਤਾਰਨ ਲਈ, ਉਹਨੇ ਸੋਨਾ ਵੀ ਤਾਰ ਕੇ ਦੇ ਦਿੱਤਾ। ਉਹਦੇ ਘਰਦਿਆਂ ਨੇ ਉਹਨਾਂ ਨੌਜਵਾਨਾਂ ਨੂੰ ਬੜਾ ਵੱਡਾ ਇਨਾਮ ਦਿੱਤਾ ਵੀ ਜੇ ਇਹ ਨਾ ਜਾਂਦੇ ਸਾਡਾ ਪੁੱਤ ਅੰਦਰ ਹੀ ਮਰ ਜਾਂਦਾ, ਉਹ ਤਾਂ ਵੀ ਜਿਉਂਦਾ ਹੋ ਗਿਆ, ਜਿਹਨੂੰ ਰੱਬ ਨਾ ਮਾਰੇ ਉਹ ਕਦੇ ਨਹੀਂ ਮਰਦਾ। ਯਾਦ ਰੱਖਿਓ, ਰੱਬ ਤੇ ਯਕੀਨ ਕਰਕੇ ਦੇਖੋ ਬਾਬੇ, ਉਹ ਕਿਹਦੇ ਆਸਰੇ ਤੁਰੇ ਫਿਰਦੇ ਹੋ? ਆਹ ਲੱਤਾਂ ਗੋਡਿਆਂ ਦੇ ਆਸਰੇ ਭਰੋਸਾ ਨਹੀਂ, ਇਹ ਅੱਖਾਂ ਦੇ ਆਸਰੇ ਭਰੋਸਾ ਨਹੀਂ, ਕੰਨਾਂ ਦੇ ਆਸਰੇ, ਜ਼ੁਬਾਨ ਦੇ ਆਸਰੇ ਨਹੀਂ। ਪਰ ਰੱਬ ਦਾ ਸਹਾਰਾ ਲੈ ਕੇ ਤੁਰੋ ਤੇ ਸਹੀ, ਜਦੋਂ ਉਸ ਮਾਲਕ ਦਾ ਸਹਾਰਾ ਲੈ ਲਿਆ ਫਿਰ ਕਿਸੇ ਸਹਾਰੇ ਦੀ ਲੋੜ ਨਹੀਂ ਪੈਣੀ। ਘਰੋਂ ਨਿਕਲਦੇ ਹਾਂ ਅਸੀਂ, ਪਤਾ ਹੈ ਇਹ ਰੋਡ ਚੱਲਦੇ ਆ ਗੱਡੀਆਂ ਕਾਰਾਂ ਨੇ। ਮੈਂ ਹੁਣ ਜਦੋਂ ਆ ਰਿਹਾ ਸੀ ਮੈਨੂੰ ਫੋਨ ਆ ਗਿਆ ਸੇਵੇਦਾਰ ਦਾ ਵੀ ਜਲਦੀ ਆ ਜਾਓ ਭਾਈ, 10 ਵਜੇ ਲਵਾਉਣਾ। ਆ ਮੁੰਡੇ ਨੇ ਗੱਡੀ 150 ਦੀ ਸਪੀਡ ਤੇ ਕਰਤੀ ਅੱਗੇ, ਇੱਕ ਸ਼ਰਾਬੀ, ਉਹਨੇ ਦੇਖਿਆ ਨੀ ਵੀ ਗੱਡੀ ਸਪੀਡ 'ਚ ਆ ਰਹੀ ਆ, ਉਹਨੇ ਆਪਣੀ ਗੱਡੀ ਲਿਆ ਕੇ ਸਾਡੇ ਅੱਗੇ ਲਾ ਦਿੱਤੀ। ਪਰ ਮੰਨੋਗੇ, ਉਹ ਰੱਖਣ ਵਾਲਾ ਜਿਹਦਾ ਨਾਮ ਲੈ ਕੇ ਘਰੋਂ ਤੁਰਦੇ ਆ ਵੀ ਗੱਡੀਆਂ ਤੈਂ ਚਲਾਉਣੀਆਂ ਨੇ,
ਬ੍ਰੇਕਾਂ ਤੈਂ ਲਾਉਣੀਆਂ ਨੇ, ਸਾਨੂੰ ਜਿਉਂਦੇ ਜੀ ਲੈ ਕੇ ਜਾ ਰਿਹਾ, ਘਰ ਅੱਗੇ ਸਾਹ ਕੱਢਣੇ, ਅਸੀਂ ਘਰੇ ਜਾ ਕੇ ਮਰਨਾ, ਤੈਂ ਰੱਖਣਾ ਸਾਨੂੰ। ਉਹ ਰੱਖਦਾ ਆਪੇ ਬ੍ਰੇਕਾਂ ਵੱਜਦੀਆਂ, ਕਿਉਂਕਿ ਯਕੀਨ ਹੈ ਪੀਰ ਕਾਮਲ ਨਹੀਂ ਹੁੰਦਾ, ਪੀਰ ਕਦੇ ਕਾਮਲ ਨਹੀਂ ਹੁੰਦਾ, ਯਕੀਨ ਕਾਮਲ ਹੁੰਦਾ। ਜਦੋਂ ਯਕੀਨ ਕਾਮਲ ਹੋ ਗਿਆ ਫਿਰ ਬੇੜੇ ਪਾਰ ਹੀ ਕਰਦਾ ਸਾਈਂ। ਜਿਉਂਦੇ ਵੱਸਦੇ ਰਹੋ, ਮੇਰੀ ਦੁਆ ਇਹੀ ਹੈ, ਮੇਰਾ ਸਤਿਗੁਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਹਦੇ ਚਰਨਾਂ 'ਚ ਬੈਠੇ ਹੋ, ਤੁਹਾਨੂੰ ਕੀ ਲੱਗਦਾ ਦੀਵੇ ਐਵੇਂ ਬਲਦੇ ਆ? ਇਹਨਾਂ ਨੇ ਕਰਨੀਆਂ ਕੀਤੀਆਂ ਤਾਂ ਦੀਵੇ ਬਲਦੇ ਆ, ਐ ਨਹੀਂ ਦੀਵੇ ਬਲਦੇ। ਘਰ 'ਚ ਦੀਵਾ ਜਗਾਉਣ ਲੱਗ ਜਾਓ, ਘੰਟੇ ਬਾਅਦ ਭੁੱਲ ਜਾਓਗੇ ਉਹਦੇ 'ਚ ਤੇਲ ਪਾਉਣਾ ਕਿ ਘਿਓ ਪਾਉਣਾ, ਉਹ ਆਪ ਹੀ ਬਾਲਦੇ ਆ। ਇਹ ਉਹ ਨੇ ਜਿਹੜੇ ਬਿਨਾਂ ਘਿਓ ਤੇਲ ਤੋਂ ਵੀ ਦੀਵੇ ਜਗਾ ਦਿੰਦੇ ਆ। ਦੁਨੀਆ ਕਹਿੰਦੀ ਪ੍ਰਤੱਖ ਨਹੀਂ ਹੈਗਾ, ਤੁਹਾਡੇ 'ਚੋਂ ਕੋਈ ਰੱਬ ਨੂੰ ਨਾ ਮੰਨਦਾ ਹੋਵੇ, ਮੈਂ ਪ੍ਰਤੱਖ ਦਿਖਾਉਣ ਲੱਗਾ। ਇੱਕ ਪਾਤਣਾ ਖਨੌਰੀ ਦੇ ਕੋਲ ਧਮਧਾਨ ਸਾਹਿਬ ਹੈ ਗੁਰੂ ਘਰ, ਇੱਕ ਗੁਰਦੁਆਰਾ ਧਮਧਾਨ ਸਾਹਿਬ। ਸੁਣਿਓ, ਜੇ ਕਿਸੇ ਨੇ ਪ੍ਰਤੱਖ ਦੇਖਣਾ ਹੋਵੇ ਨਾ ਰੱਬ ਕਿੱਥੇ ਆ, ਵੀ ਰੱਬ ਦੁਨੀਆ 'ਤੇ ਹੈਗਾ ਵੀ ਕਿ ਨਹੀਂ, ਉਸ ਗੁਰਦੁਆਰੇ 'ਚ ਜਾ ਕੇ ਤੁਸੀਂ ਦੁੱਧ ਜਮਾ ਕੇ ਦਿਖਾ ਦਿਓ, ਮੈਂ ਤੁਹਾਡੀ ਜੁੱਤੀ ਥੱਲੇ ਲੰਘ ਜੂੰਗਾ, ਉੱਥੇ ਦੁੱਧ ਨਹੀਂ ਜੰਮਦਾ। ਵੱਡੇ ਵੱਡੇ ਸਾਇੰਟਿਸਟ ਆ ਗਏ, ਵੱਡੇ ਵੱਡੇ ਵਿਗਿਆਨਿਕਾਂ ਨੇ ਜ਼ੋਰ ਲਾ ਲਿਆ, ਬਾਹਰੋਂ ਦੁੱਧ ਲੈ ਕੇ ਗਏ, ਪਰ ਉਸ ਗੁਰੂ ਘਰ ਦੇ ਵਿੱਚ ਦੁੱਧ ਨਹੀਂ ਜੰਮਦਾ। ਇਹ ਪ੍ਰਤੱਖ ਨਹੀਂ ਤਾਂ ਕੀ ਹੈ ਬਾਬਾ ਜੀ, ਫਿਰ ਰੱਬ ਕਿਉਂ ਨਹੀਂ ਹੈਗਾ? ਹੈਗਾ ਜੇ ਰੱਬ ਨਹੀਂ, ਓਏ ਜੇ ਰੱਬ ਨਹੀਂ ਤਾਂ ਉਹਦਾ ਜ਼ਿਕਰ ਕਿਉਂ? ਜੇ ਰੱਬ ਨਹੀਂ ਫਿਰ ਕਿਉਂ ਜ਼ਿਕਰ ਕਰਦੇ ਹਾਂ ਜੇ ਉਹ ਹੈ ਹੀ ਨਹੀਂ? ਜ਼ਿਕਰ ਤਾਂ ਉਹਦਾ ਹੀ ਹੋਊਗਾ ਨਾ ਜੋ ਚੀਜ਼ ਹੈਗੀ ਹੈ। ਮੇਰੇ ਹੱਥ 'ਚ ਮਾਈਕ ਹੈ, ਸਾਰੇ ਤੁਸੀਂ ਇਹੀ ਜ਼ਿਕਰ ਕਰ ਰਹੇ ਕਿ ਇਹ ਬਿਨਾਂ ਲੀਡ ਤੋਂ ਮਾਈਕ ਆ, ਆਹ ਕੈਮਰੇ ਲੱਗੇ ਹੋਏ, ਅਸੀਂ ਜ਼ਿਕਰ ਕਰ ਰਹੇ ਨਾ ਕੈਮਰੇ ਆ। ਆਹ ਫਕੀਰੀ ਵਾਂਗੂ ਆਪਣਾ ਸਰੀਰ ਪਾਲ ਕੇ ਬੈਠੇ ਆ, ਅਸੀਂ ਇਹਨਾਂ ਨੂੰ ਕਹਿ ਰਹੇ ਨਾ ਕਿ ਇਹਨਾਂ ਸਰੀਰਾਂ ਵਾਲੇ ਬਾਊਂਸਰ ਨੇ, ਜ਼ਿਕਰ ਕਰ ਰਹੇ ਹਾਂ। ਅਸੀਂ ਇਹਨਾਂ ਨੂੰ ਰੇਲਵੇ ਵਾਲਾ ਕਿਉਂ ਨਹੀਂ ਕਹਿੰਦੇ? ਕਿਉਂਕਿ ਇਹ ਹੈ ਹੀ ਬਾਊਂਸਰ, ਸਰੀਰ ਬਣਾਏ ਆ, ਇਹ ਵੀ ਕਿਸੇ ਫਕੀਰ ਤੋਂ ਘੱਟ ਨਹੀਂ, ਆਪਣੇ ਸਰੀਰ ਨੂੰ ਵੀ ਸਾਧਨਾ, ਇਹ ਕਿਸੇ ਫਕੀਰੀ ਤੋਂ ਘੱਟ ਨਹੀਂ ਆ। ਅਸੀਂ ਸਾਈਂ ਜੀ ਨੂੰ ਇੰਨੇ ਲੋਕਾਂ 'ਚ ਅਸੀਂ ਸਾਈਂ ਜੀ ਨੂੰ ਸਾਈਂ ਕਿਉਂ ਕਹਿ ਰਹੇ ਹਾਂ? ਕਿਉਂਕਿ ਸਾਹਮਣੇ ਬੈਠੇ ਆ। ਇਸੇ ਤਰ੍ਹਾਂ ਜੇ ਰੱਬ ਨਹੀਂ ਤੇ ਉਹਦਾ ਜ਼ਿਕਰ ਕਿਉਂ? ਤੇ ਜੇ ਰੱਬ ਹੈਗਾ ਫਿਰ ਰੱਬ ਦੇ ਬੰਦੇ ਫਿਕਰ ਕਿਉਂ? ਫਿਰ ਫਿਕਰ ਨਹੀਂ ਕਰਨਾ, ਉਹ ਦਊਗਾ। ਮੈਂ ਪਰਸੋਂ ਪ੍ਰੋਗਰਾਮ ਲਾ ਕੇ ਆ ਰਿਹਾ ਤੇ ਮੈਨੂੰ ਇੱਕ ਫੁੱਲਾਂ ਦਾ ਹਾਰ ਪਾਇਆ, ਮਾਤਾ ਬਾਬਾ ਰਾਜੂ ਕਮਲਾ ਜੀ ਹੁਸ਼ਿਆਰਪੁਰ। ਮੈਂ ਅੱਜ ਮੁੰਡਿਆਂ ਨਾਲ ਗੱਲ ਕਰਦਾ ਪਿਆ ਸੀ, ਆ ਮੁੰਡਾ ਅੱਗੇ ਬੈਠਾ ਸੀ ਆਹ ਵਾਲਾ, ਮੈਂ ਕਿਹਾ ਇਹ ਹਾਰ ਕਿੰਨੇ ਦਿਨ ਤੋਂ ਪਿਆ? ਕਹਿੰਦੇ ਜੀ 2-3 ਦਿਨ ਹੋ ਗਏ। ਮੈਂ ਕਿਹਾ ਰੱਬ ਦੇਖਣਾ ਹੈ? ਕਹਿੰਦੇ ਜੀ ਉਹ ਕਿੱਦਾਂ? ਮੈਂ ਕਿਹਾ ਇਸ ਗੱਡੀ ਨੂੰ 10 ਦਿਨ ਅੰਦਰ ਲਾ ਦਿਓ ਆਪਣੀ ਨੂੰ, ਤੇ ਸ਼ੀਸ਼ੇ ਬੰਦ ਕਰ ਦਿਓ, ਇਸ ਹਾਰ ਦੇ ਵਿੱਚ ਜੀਵ ਪੈਦਾ ਹੋ ਜਾਣਗੇ। ਉਹ ਕਿੱਥੋਂ ਹੋਣਗੇ? ਉਹ ਰੱਬ ਪੈਦਾ ਕਰੂਗਾ। ਮੈਂ ਕਿਹਾ ਮੇਰੀ ਸ਼ਰਤ ਇਹੀ ਗੱਲ ਕਹੀ ਆ ਮੈਂ, ਉਹ ਹਾਰ ਮੇਰੀ ਗੱਡੀ 'ਚ ਪਿਆ, ਉਹਨੂੰ 10 ਦਿਨ ਬੰਦ ਕਰ ਦਿਓ ਗੱਡੀ ਨੂੰ, ਉਹਦੇ ਅੰਦਰ ਜੀਵ ਪੈਦਾ ਹੋ ਜਾਣਗੇ। ਕਿਸੇ ਮਾਂ ਨੇ ਥੋੜ੍ਹੀ ਜਨਮ ਦਿੱਤਾ, ਉਹ ਕਿੱਥੋਂ ਪੈਦਾ ਹੋਇਆ? ਉਹ ਰੱਬ ਕਰਦਾ, ਉਹ ਮਾਲਕ ਬੈਠਾ। ਇਹਨਾਂ ਤਿੱਤਲੀਆਂ 'ਚ ਰੰਗ ਕੌਣ ਭਰਦਾ? ਉਹ ਡਾਢਾ ਭਰਦਾ। ਅੰਬ ਮਿੱਠੇ ਨੇ, ਕੌੜ ਤੰਬੇ ਕੌੜੇ ਨੇ, ਹੋਦ ਧਰਤੀ 'ਚੋਂ ਰਹੇ ਆ, ਇਹਨਾਂ ਨੂੰ ਮਿੱਠੇ ਕੌਣ ਕਰਦਾ? ਕੌੜਿਆਂ ਨੂੰ ਕੌੜਾ ਕੌਣ ਕਰਦਾ? ਉਹ ਮਾਲਕ ਕਰਦਾ, ਡਾਢਾ ਕਰਦਾ। ਫਿਰ ਅਸੀਂ ਕਿੱਦਾਂ ਕਹਿ ਸਕਦੇ ਰੱਬ ਨਹੀਂ ਹੈਗਾ? ਰੱਬ ਇੱਥੇ ਹੀ ਹੈ। ਇੱਕ ਹੋਰ ਗੱਲ ਕਹੂੰਗਾ ਮੈਂ, ਜੋ ਮੇਰੀ ਪਰਤਾਈ ਹੋਈ ਗੱਲ ਆ, ਪੜ੍ਹੀ ਹੋਈ ਗੱਲ ਆ।
ਮਾਂ ਦੀ ਕੁੱਖ ਦੇ ਵਿੱਚੋਂ ਬੱਚਾ ਜਨਮ ਲੈਂਦਾ। ਸਾਈ ਜੀ ਇਹ ਗੱਲ ਸੱਚੀ ਹੈ, ਕੌੜੀ ਜ਼ਰੂਰ ਹੈ, ਸੱਚੀ ਹੈ। ਮਾਂ ਦੀ ਕੁੱਖ ਦੇ ਵਿੱਚੋਂ ਬੱਚਾ ਜਨਮ ਲੈਂਦਾ ਤੇ ਮਾਂ ਕੋਈ ਦੁੱਧ ਬਾਹਰੋਂ ਥੋੜੀ ਲੈ ਕੇ ਆਉਂਦੀ ਹੈ, ਉਹ ਨਿਰੰਕਾਰ ਮਾਂ ਦੇ ਅੰਦਰ ਹੀ ਦੁੱਧ ਪੈਦਾ ਕਰ ਦਿੰਦਾ ਬੱਚੇ ਨੂੰ ਪਾਲਣ ਲਈ। ਔਰ ਤੁਹਾਨੂੰ ਪਤਾ ਹੈ ਉਸ ਦੁੱਧ ਨੂੰ ਰੱਬ ਓਨਾ ਕੀ ਪਤਲਾ, ਓਨਾ ਕੀ ਉਹਦੀ ਕੁਆਂਟਿਟੀ ਬਣਾ ਕੇ ਭੇਜਦਾ ਜਿੰਨਾ ਕੋਈ ਬੱਚਾ ਪਹੁੰਚਾ ਸਕਦਾ, ਵੱਧ ਨਹੀਂ, ਰੱਬ ਨਹੀਂ ਤੇ ਕੀ ਹੈ। ਔਰ ਦੂਸਰੀ ਗੱਲ, ਇਹ ਗੱਲ ਮੇਰੀ ਪਰਤਾਈ ਹੋਈ ਹੈ, ਬੱਚਾ ਦੁੱਧ ਪੀ ਰਿਹਾ ਤੇ ਦੁੱਧ ਆ ਰਿਹਾ। ਮੈਂ ਇਸ ਸਟੇਜ ਦੇ ਰਾਹੀਂ ਇਸ ਸਾਈਆਂ ਦੇ ਦਰਬਾਰ ਤੇ ਗੱਲ ਕਹਿ ਰਿਹਾ, ਮਾਂ ਦੇ ਸਰੀਰ ਨੂੰ ਕੱਟ ਕੇ ਦੇਖ ਲਿਓ, ਜੇ ਉਹ ਦੁੱਧ ਵਾਲੀ ਨਾੜ, ਉਹ ਦੁੱਧ ਵਾਲੀ ਨਾਲੀ ਤੁਹਾਨੂੰ ਲੱਭ ਗਈ ਤੇ ਜੁੱਤੀ ਤੁਹਾਡੀ ਸਿਰ ਮੇਰਾ, ਮੈਂ ਆਪਣਾ ਸਿਲ ਕਰਮ ਕਰਵਾ ਦੂੰਗਾ। ਫਿਰ ਰੱਬ ਨਹੀਂ ਤੇ ਕਿੱਥੇ ਹੈ? ਫਿਰ ਰੱਬ ਹੈਗਾ, ਇਹ ਸੱਚ ਹੈ। ਤੁਸੀਂ ਉਹਦੇ ਸਰੀਰ ਨੂੰ ਕਟਵਾ ਕੇ ਦੇਖ ਲਓ, ਜੇ ਉਹ ਦੁੱਧ ਵਾਲੀ ਉਹ ਨਾੜ ਉਹ ਨਾਲੀ ਲੱਭ ਗਈ, ਮੈਂ ਆਪਣਾ ਸਿਰ ਕਟਵਾ ਦੂੰਗਾ। ਪਰ ਉਹ ਕਿੱਥੋਂ ਆ ਰਿਹਾ? ਉਹ ਜਿਹਨੇ ਭੇਜਿਆ ਨਾ, ਉਹ ਆਪੇ ਹੀ ਖਾਣ ਨੂੰ ਦੇਈ ਜਾਂਦਾ। ਜਿਉਂਦੀਆਂ ਰਹਿਣ ਮਾਵਾਂ, ਜਿਉਂਦੀਆਂ ਰਹਿਣ ਮਾਵਾਂ। ਮਾਂ ਰੱਬ ਦਾ ਰੂਪ ਹੈ, ਮਾਂ ਦੀ ਕਦਰ ਕਰਿਆ ਕਰੋ। ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ, 2027 ਪਹਿਲੇ ਵੀ ਕਿਹਾ, ਰੱਬ ਨੇ ਜਦੋਂ ਰਿਸ਼ਤੇਦਾਰੀਆਂ ਬਣਾਈਆਂ ਨਾ ਮਾਤਾ ਜੀ, ਜਦੋਂ ਰੱਬ ਨੇ ਰਿਸ਼ਤੇਦਾਰੀਆਂ ਬਣਾਈਆਂ, ਜਦੋਂ ਸ੍ਰਿਸ਼ਟੀ ਸਾਜੀ ਹੈ, ਸਾਖ ਸੰਬੰਧੀ ਰਿਸ਼ਤੇਦਾਰ, ਭੈਣ ਭਰਾ, ਯਾਰ ਮਿੱਤਰ, ਚਾਚੇ ਤਾਏ, ਮਾਮੇ, ਨਾਨੇ, ਭੂਆ, ਫੁੱਫਾ, ਸਭ ਕੁਛ ਬਣਾਤਾ। ਫਿਰ ਰੱਬ ਨੇ ਸੋਚਿਆ ਕਿ ਇਹ ਰਿਸ਼ਤੇਦਾਰੀਆਂ ਆਉਣਗੀਆਂ ਕਿੱਥੋਂ, ਫਿਰ ਉਹਨੇ ਮਾਂ ਬਣਾਤੀ। ਔਰ ਯਾਦ ਰੱਖਿਓ, ਆਪਣੀ ਸਾਰੇ ਰਿਸ਼ਤੇਦਾਰੀਆਂ ਚੋਂ, ਆਪਣੀ ਜ਼ਿੰਦਗੀ ਚੋਂ ਆਪਣੀ ਮਾਂ ਨੂੰ ਇੱਕ ਸਾਈਡ ਧਰ ਲਓ, ਤੁਹਾਡੀ ਕੋਈ ਰਿਸ਼ਤੇਦਾਰੀ ਬਚਦੀ ਨਹੀਂ। ਜੇ ਮਾਂ ਹੀ ਨਹੀਂ ਤਾਂ ਰਿਸ਼ਤੇਦਾਰ ਕਿੱਥੋਂ ਹੋਣਗੇ? ਫਿਰ ਮਾਂ ਰੱਬ ਦਾ ਰੂਪ ਕਿੱਦਾਂ ਨਹੀਂ ਹੈ? 52 ਹੱਡੀਆਂ ਦੇ ਟੁੱਟਣ ਦਾ ਇੰਨਾ ਦੁੱਖ ਨਹੀਂ ਹੁੰਦਾ ਜਦੋਂ ਮਾਂ ਆਪਣੀ ਕੁੱਖ 'ਚੋਂ ਬੱਚੇ ਨੂੰ ਜਨਮ ਦਿੰਦੀ ਹੈ। ਫਿਰ ਮਾਂ ਸਾਡੇ ਲਈ ਇੰਨਾ ਸਹਿਣ ਕਰ ਰਹੀ ਹੈ ਜਿਵੇਂ ਰੱਬ ਸਾਡੇ ਲਈ ਬੜਾ ਕੁਝ ਸਹਿਣ ਕਰ ਰਿਹਾ। ਰੱਬ ਨੂੰ ਇੱਥੇ ਲੱਖਾਂ ਲੋਕ ਗਾਲਾਂ ਵੀ ਦਿੰਦੇ ਆ, ਕਦੇ ਉਹਨੇ ਜਵਾਬ ਦਿੱਤਾ ਕਿਸੇ ਦਾ ਪਰਤ ਕੇ, ਉਹਨੂੰ ਉਹਦਾ ਸ਼ੁਕਰਾਨਾ ਵੀ ਕਰਦੇ ਆ। ਪਰ ਜ਼ਿੰਦਗੀ 'ਚ ਜੇ ਰੱਬ ਨੂੰ ਪਾਉਣਾ, ਜੇ ਰਾਜ਼ੀ ਰਹਿਣਾ, ਇਸ ਦੇਹੀ ਨੂੰ ਸੁਖੀ ਰੱਖਣਾ, ਸ਼ੁਕਰਾਨਾ ਕਰਿਆ ਕਰੋ ਸਵੇਰੇ ਉੱਠ ਕੇ। ਮਿੰਟਾਂ 2 ਨਹੀਂ ਲੱਗਦੇ, 2 ਸਾਈ ਜੀ 24 ਘੰਟੇ ਹੁੰਦੇ ਆ। ਸੁਣਿਓ, ਤੁਹਾਨੂੰ ਭੁਲੇਖੇ 'ਚੋਂ ਕੱਢਦੇ ਹਾਂ, ਅੱਜ ਦੀ ਪੀੜ੍ਹੀ ਨੂੰ 24 ਘੰਟੇ ਆ। 24 ਘੰਟੇ ਦੇ ਵਿੱਚੋਂ ਸਿੱਧੇ 10 ਘੰਟੇ ਮੈਂ ਕੱਢ ਦਿੱਤੇ ਤੁਹਾਡੇ ਕੰਮ ਕਾਰ ਨੂੰ, 14 ਵੱਜ ਗਏ। 8 ਘੰਟੇ ਨੀਂਦ ਕੱਢ ਲਓ, 6 ਵੱਜ ਗਏ। 6 ਘੰਟੇ ਕੋਈ ਤੁਸੀਂ ਸਮਾਨ ਖਰੀਦਣਾ, ਕੋਈ ਇਹ ਕਿਸੇ ਨਾਲ ਗੱਲ ਕਰਨੀ, ਉਹਦੇ ਵਿੱਚੋਂ 3 ਘੰਟੇ ਕੱਢ ਲਓ, 3 ਵੱਜ ਗਏ। ਉਹਦੇ ਵਿੱਚੋਂ ਵੀ 2 ਘੰਟੇ ਕੁਝ ਹੋਰ ਕੰਮਾਂ ਨੂੰ ਲਾ ਲਓ, 1 ਵੱਜ ਗਿਆ। ਉਹਦੇ 'ਚ ਵੀ 1/2 ਘੰਟਾ ਜਿੱਥੇ ਝੂਠ ਬੋਲਣਾ ਬੋਲੋ, 30 ਮਿੰਟ ਵੱਜ ਗਏ। 30 ਦੇ ਵਿੱਚੋਂ ਵੀ 20 ਮਿੰਟ ਦਿੱਤੇ, ਉਹ ਤੁਹਾਡੇ ਕੋਲ 10 ਮਿੰਟ ਨਹੀਂ ਹੈਗੇ ਉਹਦਾ ਸ਼ੁਕਰਾਨਾ ਕਰਨ ਲਈ ਵੀ ਸਤਿਗੁਰੂ ਤੂੰ ਸਾਨੂੰ ਕਿੰਨਾ ਕੁਛ ਦਿੱਤਾ। 10 ਮਿੰਟ ਵੀ ਨਹੀਂ ਹੈਗੇ। ਸਵੇਰੇ ਉੱਠ ਕੇ ਕਿਹਾ ਕਰੋ, ਸੱਚੇ ਪਾਤਸ਼ਾਹ ਰਾਤੀ ਸੁੱਤੇ ਸਾਂ ਸਾਨੂੰ ਨਹੀਂ ਸੀ ਪਤਾ ਸੀ ਸਵੇਰੇ ਉੱਠਣਾ ਕਿ ਨਹੀਂ ਉੱਠਣਾ, ਤੇਰਾ ਲੱਖ ਲੱਖ ਸ਼ੁਕਰਾਨਾ, ਤੂੰ ਸਾਨੂੰ ਇੱਕ ਦਿਨ ਹੋਰ ਦੇ ਦਿੱਤਾ ਜਿਉਣ ਲਈ। ਸੁੱਤਾ ਬੰਦਾ ਤੇ ਮਰੇ ਬਰਾਬਰ ਆ, ਸ਼ੁਕਰਾਨਾ ਕਰਿਆ ਕਰੋ। ਧਰਤੀ ਮਾਂ ਨੂੰ ਕਿਸੇ ਨੇ ਪੁੱਛਿਆ ਕਿ ਮਾਂ ਤੂੰ ਤੇ ਸਾਨੂੰ ਬੜਾ ਕੁਛ ਪੈਦਾ ਕਰਕੇ ਦੇ ਦਿੰਦੀ ਹੈ, ਪਰ ਤੂੰ ਕੀ ਖਾਣੀ ਹੈ? ਧਰਤੀ ਮਾਂ ਨੇ ਪਤਾ ਕੀ ਜਵਾਬ ਦਿੱਤਾ? ਕਹਿੰਦੇ ਮੈਂ ਹੰਕਾਰ ਖਾਣੀ ਹਾਂ। ਕਿੱਡੇ ਕਿੱਡੇ ਰਾਜੇ, ਕਿੱਡੇ ਕਿੱਡੇ ਹੰਕਾਰੀ, ਕਿਹੜੇ ਕਿਹੜੇ ਯੋਧੇ ਧਰਤੀ ਦੇ ਵਿੱਚ ਸਮਾ ਗਏ, ਕਿੰਨੇ ਨੂੰ ਖਾ ਗਈ, ਅਸੀਂ ਕੀ ਚੀਜ਼ ਆ ਬਾਬਿਓ? ਕਾਹਦਾ ਹੰਕਾਰ ਚੱਕੀ ਫਿਰਦੇ ਹਾਂ? ਓਏ ਕਦੇ ਗੌਰ ਕਰਿਓ, ਤੁਹਾਡੇ ਵੀ ਪਿੰਡ ਦੇ ਵਿੱਚ ਰਿਸ਼ਤੇਦਾਰੀਆਂ 'ਚ ਕੋਈ ਵੱਡੇ ਵੱਡੇ ਹੋਣਗੇ ਪੈਸੇ ਵਾਲੇ,
ਜਿਹੜੇ ਚਲੇ ਗਏ ਦੁਨੀਆਂ ਤੋਂ ਕਿੱਥੇ ਨੇ ਅੱਜ ਉਹ ਖਾਕ ਹੋ ਗਏ, ਨਾਮੋ ਨਿਸ਼ਾਨ ਨਹੀਂ ਹੈਗਾ। ਔਰ ਰਾਤ ਨੂੰ ਪਾਣੀ ਪੀ ਕੇ ਨਾ ਆਪਣੀ ਜਦੋਂ ਆਪਣੇ ਮੰਜੇ ਤੋਂ ਲੇਟਦੇ ਹਾਂ ਝਾਤੀ ਮਾਰਿਓ, ਇੱਕ ਦਿਨ ਚਲੇ ਆਪਾਂ ਵੀ ਜਾਣਾ, ਆਪਾਂ ਵੀ ਨਹੀਂ ਰਹਿਣਾ। ਸੋਚਿਓ, ਧਿਆਨ ਮਾਰਿਓ, ਰੂਹ ਕੰਬ ਜੂਗੀ ਵੀ ਸਾਡੇ ਇਸ ਮੇਲੇ 'ਤੇ ਕੋਈ ਹੋਰ ਫਕੀਰ ਬੈਠਾ ਹੋਊਗਾ, ਇਹਦੀ ਆਉਣ ਵਾਲੀ ਪੀੜ੍ਹੀ 'ਚੋਂ ਸੰਗਤ ਹੋਰ ਹੀ ਕੋਈ ਬੈਠੀ ਹੋਣੀ ਹੈ, ਇਹ ਸਾਊਂਡ ਵਾਲਾ ਕੋਈ ਹੋਰ ਬੈਠਾ ਹੋਊਗਾ, ਕੈਮਰੇ ਵਾਲੇ ਕੋਈ ਹੋਰ ਹੋਣਗੇ, ਟੈਂਟ ਲਾਉਣ ਵਾਲੇ ਕੋਈ ਹੋਰ ਹੋਣਗੇ, ਗਾਉਣ ਵਾਲਾ ਕੋਈ ਹੋਰ ਹੋਊਗਾ, ਪਰ ਆਪਾਂ ਨਹੀਂ ਹੋਣਾ। ਕੀ ਲੈਣਾ ਹੈ ਫਿਰ ਜੇ ਰੱਬ ਦਾ ਸ਼ੁਕਰਾਨਾ ਇਹਨਾਂ ਕਰਕੇ ਗਏ। ਅੱਜ ਕੱਲ੍ਹ ਮੈਂ ਅੱਜ ਵੀ ਗੱਲ ਕਰਦਾ ਸੀ, ਤੁਸੀਂ ਬੱਸ ਦੇ ਵਿੱਚ ਬੈਠਦੀ ਹੈ ਨਾ ਮਾਈ, ਪਹਿਲੇ ਤਾਂ ਤੁਸੀਂ ਟਿਕਟ ਲੈ ਲੈਂਦੇ ਸੀ, ਅੱਜ ਕੱਲ੍ਹ ਬੜੇ ਐਟੀਟਿਊਡ ਨਾਲ ਤੁਸੀਂ ਆਧਾਰ ਕਾਰਡ ਕੱਢ ਕੇ ਦੇ ਦਿੰਦੀ, ਇਹ ਪਕੜੋ ਭਾਈ, ਸਰਕਾਰ ਨੇ ਹਮਾਰਾ ਕਿਰਾਇਆ ਫਰੀ ਕਰ ਰੱਖਿਆ। ਪਰ ਇੱਕ ਗੱਲ ਮੈਂ ਕਹਿੰਦਾ, ਜੇ ਤੁਹਾਡੇ ਕੋਲ ਆਧਾਰ ਕਾਰਡ ਵੀ ਨਾ ਹੋਵੇ, ਕੀ ਗੱਲ, ਤੁਹਾਨੂੰ ਬੱਸ 'ਚ ਬੈਠਣ ਦੇਣਗੇ? ਕਿਰਾਇਆ ਲਊਗਾ, ਕਿਰਾਇਆ ਵੀ ਨਾ ਹੋਇਆ ਅਗਲਾ ਥੱਲੇ ਤਾਰ ਦੂਗਾ, ਤਾਰੂਗਾ ਕਿ ਨਹੀਂ ਤਾਰੂਗਾ? ਜੇ ਇੱਕ ਇਨਸਾਨ ਦੀ ਬਣਾਈ ਹੋਈ ਬੱਸ ਉਹਦੇ ਵਿੱਚ ਬਿਨਾਂ ਟਿਕਟ ਤੋਂ ਨਹੀਂ ਬੈਠਣ ਦਿੰਦਾ, ਉਹ ਰੱਬ ਤੁਹਾਨੂੰ ਬਿਨਾਂ ਨਾਮ ਦੀ ਟਿਕਟ ਤੋਂ ਕਿਵੇਂ ਅੰਦਰ ਵੜਨ ਦਊਗਾ ਜਦੋਂ ਜਾਓਗੇ ਮਰ ਕੇ? ਦੱਸੋ ਮੈਨੂੰ, ਹੈਂ, ਕਿਵੇਂ ਵੜਨ ਦਊਗਾ? ਉਹ ਕਹੂਗਾ, ਕੀ ਲੈਣਾ ਹੈ ਓਏ, ਜਦੋਂ ਤੇਰੇ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾ, ਤੂੰ ਮੇਰਾ ਹੈ, ਜਾ ਜਾ ਨਰਕਾਂ 'ਚ ਧੱਕੇ ਖਾ। ਸਵਰਗ ਕੀ ਹੈ? ਸਵਰਗ ਦਾ ਮਤਲਬ ਪਤਾ ਕੀ ਹੈ? ਕੋਈ ਇਹ ਨਹੀਂ ਜਾ ਕੇ ਆਰਤੀ ਪੂਜਾ ਹੋਊਗੀ, ਦੁਬਾਰਾ ਇਨਸਾਨੀ ਜਨਮ ਮਿਲਣਾ ਹੀ ਸਵਰਗ ਹੈ, ਉਹ ਦੁਬਾਰਾ ਜਾਮੇ 'ਚ ਪਾ ਦੂਗਾ ਇਹਨੂੰ, ਇਨਸਾਨ ਦਾ ਜਨਮ ਦਿਓ, ਨਹੀਂ ਤਾਂ ਭਟਕਦੇ ਫਿਰੋ ਜਿੱਥੇ ਭਟਕਣਾ। ਬੋਲੀ ਸੱਚੇ ਦਰਬਾਰ ਕੀ, ਆਓ ਕਵਾਲੀ ਕਰਦੇ, ਬੈਠੇ ਰਹੋ, ਪਿਆਰ ਨਾਲ ਸੁਣਿਓ। ਜੇ ਮੈਨੂੰ ਲੱਗਾ ਵੀ ਤੁਹਾਡਾ ਧਿਆਨ ਨਹੀਂ ਹੈਗਾ, ਉਹ ਚੁੱਪ ਚਾਪ ਜਾ ਸਕਦਾ, ਅਸੀਂ ਰੋਕਿਆ ਨਹੀਂ। ਜੇ ਕਿਸੇ ਨੂੰ ਨੀਂਦ ਪਿਆਰੀ ਹੋਵੇ, ਵਾਸੀਆਂ ਨਾਲ ਮੈਂ ਤਾਂ ਪਾਣੀ ਪੀ ਗਿਆ, ਮੈਂ ਜ਼ਿੰਦਗੀ 'ਚ ਸਾਈ ਜੀ ਕੋਈ ਨਸ਼ਾ ਨਹੀਂ ਕੀਤਾ, ਜ਼ਿੰਦਗੀ 'ਚ ਇੱਕੋ ਹੀ ਨਸ਼ਾ ਕੀਤਾ ਰੱਬ ਕਰਦਾ, ਤੁਹਾਡਾ ਨਸ਼ਾ ਹੈ, ਫਕੀਰੀ ਦਾ, ਇਹਨਾਂ ਸਰਕਾਰਾਂ ਦਾ ਨਸ਼ਾ ਹੈ। ਮੈਨੂੰ ਧਰਤੀ ਨਸੀਬ ਨਾ ਹੋਵੇ ਕਦੇ ਮੈਂ ਜ਼ਿੰਦਗੀ 'ਚ ਕੋਈ ਦਾਰੂ ਮੀਟ ਸ਼ਰਾਬ ਹੈ, ਮੈਂ ਕੋਲੋਂ ਨਹੀਂ ਲੰਘਦਾ, ਪਰ ਮੈਨੂੰ ਇੰਨਾ ਨਸ਼ਾ ਹੈ, ਤੁਸੀਂ ਲਗਾਤਾਰ 10 ਦਿਨ ਵੀ ਗਵਾਓਗੇ ਨਾ, ਮੇਰੀ ਅੱਖ ਥੱਕੂਗੀ ਨਹੀਂ, ਮੇਰੀ ਜ਼ੁਬਾਨ ਥੱਕੂਗੀ ਨਹੀਂ। ਕਿਉਂ? ਇਹੀ ਸਮਾਂ ਹੈ ਜਿਹੜਾ ਉਹਨੂੰ ਜਪ ਲਿਆ। ਜਦੋਂ ਮੈਂ ਮਰ ਗਿਆ ਨਾ, ਮੇਰੇ ਬੱਚਿਆਂ ਨੇ ਮੈਨੂੰ ਪਤਾ ਕੀ ਕਹਿਣਾ ਹੈ, ਵੀ ਸਾਨੂੰ ਤਾਂ ਡਰ ਲੱਗਦਾ ਉਹਦੇ ਕੋਲੋਂ, ਸੋਚਣ ਵਾਲੀ ਗੱਲ, ਮੇਰੇ ਬੱਚੇ ਮੇਰੇ ਕੋਲ ਡਰਨਗੇ, ਫਿਰ ਮੈਂ ਕਾਹਦਾ ਘਮੰਡ ਚੱਕੀ ਫਿਰਦਾ। ਮੈਂ ਬੜੀ ਲੰਮੀ ਸੋਚਦਾ, ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਕੀਤਾ, ਮੈਨੂੰ ਕਹਿੰਦੇ ਵੀ ਕਿਉਂ, ਮੈਂ ਕਿਹਾ ਤੁਹਾਨੂੰ ਬਾਅਦ 'ਚ ਦੱਸਾਂਗੇ, ਮਾਂ ਦੀ ਭੇਟ ਕੀਤੀ ਬਾਅਦ 'ਚ ਦੱਸਾਂਗੇ, ਸਾਈਆਂ ਦੇ ਪੀਰਾਂ ਦੇ ਜਸ ਗਾਏ ਬਾਅਦ 'ਚ ਦੱਸਾਂਗੇ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸ਼ਬਦ ਗਾਇਆ, ਕੱਲ੍ਹ ਪਰਸੋਂ ਰਿਲੀਜ਼ ਹੋਇਆ, ਸਾਰੀ ਦੁਨੀਆ ਤਾਰੀ ਸਤਿਗੁਰੂ ਰਵਿਦਾਸ ਨੇ, ਬਾਅਦ 'ਚ ਦੱਸਾਂਗੇ ਕਿਉਂ ਗਾਇਆ, ਅਜੇ ਹੋਰ ਗਾਉਣੇ ਆ। ਪਤਾ ਕਿਉਂ? ਮੈਨੂੰ ਪਤਾ ਮੈਂ ਵੀ ਦੁਨੀਆ ਤੋਂ ਜਾਣਾ ਇੱਕ ਦਿਨ, ਪਰ ਜਿੱਦਣ ਮੈਂ ਮਰਾਂ, ਮੈਂ ਆਪਣੇ ਬੱਚਿਆਂ ਨੂੰ ਕਹਿ ਕੇ ਜਾਊਂਗਾ ਕਿ ਜਦੋਂ ਮੈਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਓਗੇ ਨਾ, ਅੱਗੇ ਅੱਗੇ ਡੀਜੇ ਜ਼ਰੂਰ ਲਾਇਓ, ਜਿਹੜੇ ਜਿਹੜੇ ਸ਼ਬਦ ਮੈਂ ਗਾਏ ਉਹ ਸ਼ਬਦ ਉਚਾਰਨ ਜ਼ਰੂਰ ਕਰਿਓ। ਕੋਈ ਦੁਨੀਆ 'ਤੇ ਬੰਦਾ ਕਵੇ, ਕੋਈ ਆਇਆ ਸੀ ਉਹ ਗਾ ਕੇ ਗਿਆ, ਇਹਨੇ ਉਹਨੂੰ ਵੀ ਯਾਦ ਕੀਤਾ, ਉਹਨੂੰ ਵੀ ਯਾਦ ਕੀਤਾ, ਮੌਤ ਤਾਂ ਕੀ ਆਉਣੀ ਹੈ ਬਾਬੇ, ਉਹ ਖੇੜਾ ਨਹੀਂ ਛੱਡਣ ਵਾਲੀ। ਕਿਸੇ ਰਾਜੇ ਨੂੰ ਕਿਸੇ ਨੇ ਕਹਿ ਦਿੱਤਾ, ਕਹਿੰਦੇ ਅੱਜ ਤੇਰੀ ਮੌਤ ਹੈ, ਅੱਜ ਨਹੀਂ ਤੇ ਕੱਲ ਤੂੰ ਮਰ ਜਾਣਾ। ਰਾਜੇ ਨੇ ਕੀਤਾ ਕਿ ਆਪਣੇ ਘੋੜਿਆਂ ਨੂੰ ਲੱਦਿਆ ਦੂਰ, ਹਜ਼ਾਰਾਂ ਲੱਖਾਂ ਕਿਲੋਮੀਟਰ ਘੋੜੇ ਤੇ ਜਾ ਵੱਜਿਆ, ਕਿਤੇ ਦੂਰ ਜਾ ਪਿਆ, ਜਾ ਕੇ ਉਸ ਦਰਬਾਰ 'ਚ ਵੜ ਕੇ ਅੱਗੇ ਪਿੱਛੇ ਫੋਰਸ ਲਾਤੀ, ਕਹਿੰਦਾ ਕੋਈ ਅੰਦਰ ਨਾ ਆਵੇ,
ਅੰਦਰ ਵੜ ਕੇ ਕਹਿੰਦਾ ਕਹਿੰਦਾ ਕਿਵੇਂ ਮਰ ਜੂੰਗਾ ਮੈਂ। ਜਿਵੇਂ ਅੰਦਰ ਵੜਿਆ ਉਹਦੇ ਸਵਾਗਤ ਲਈ ਫੁੱਲ ਵਿਛਾਏ ਸੀ, ਉਹ ਫੁੱਲ ਦੇ ਵਿੱਚ ਇੱਕ ਛੋਟਾ ਜਿਹਾ ਸੱਪ ਬੈਠਾ, ਉਹਨੂੰ ਡਸ ਲਿਆ ਤੇ ਉਹ ਅੰਦਰ ਹੀ ਮਰ ਗਿਆ। ਸਾਰਿਆਂ ਨੂੰ ਕਹਿ ਬੈਠਾ ਅੰਦਰ ਨਾ ਆਇਓ ਕੋਈ ਤੇ ਨਾ ਕਿਸੇ ਨੂੰ ਆਉਣ ਦਿਓ, ਅੰਦਰ ਹੀ ਮਰਿਆ ਪਿਆ ਕਿਉਂਕਿ ਮੌਤ ਉਹਦਾ ਉੱਥੇ ਇੰਤਜ਼ਾਰ ਕਰ ਰਹੀ ਸੀ। ਉਹ ਤੇ ਕਿਸੇ ਨੇ ਵੈਸੇ ਹੀ ਕਿਹਾ ਤੇਰੀ ਮੌਤ ਆ ਜਾਣੀ ਇੱਥੇ, ਉੱਥੇ ਮੌਤ ਕਦੇ ਖੇੜਾ ਨਹੀਂ ਛੱਡਦੀ, ਪਰ ਮੌਤ ਛੱਡ ਵੀ ਸਕਦੀ ਹੈ ਜਦੋਂ ਡਾਢਾ ਕੋਈ ਮੁਰਸ਼ਦ ਮਿਲ ਜਾਵੇ, ਡਾਢਾ ਮਿਲ ਜਾਵੇ। ਸਾਈਂ ਜੀ ਮੇਰੇ ਵਰਗਾ ਇੱਕ ਟੁੱਚੂ ਜਿਹਾ ਇਨਸਾਨ ਇਹਨਾਂ ਫਕੀਰਾਂ ਕੋਲ ਆ ਗਿਆ। ਇਹ ਕੰਮ ਦੀਆਂ ਗੱਲਾਂ ਨੇ, ਇਹ ਦੁਬਾਰਾ ਨਹੀਂ ਕਿਤੇ ਸੁਣਨ ਨੂੰ ਮਿਲਣੀਆਂ। ਫਕੀਰਾਂ ਕੋਲ ਆ ਕੇ ਮਜ਼ਾਕ ਕਰਨ ਲੱਗਿਆ, ਕਹਿੰਦੇ ਬਾਬੇ ਜੀ ਤੁਸੀਂ ਬਾਬੇ ਹੋ? ਉਹ ਕਹਿੰਦੇ ਨਹੀਂ ਨੌਕਰ। ਕੀ ਜਾਣਦੇ ਹੋ ਤੁਸੀਂ ਕਹਿੰਦੇ ਮੇਰੇ ਬਾਰੇ? ਸੰਗਤ ਦੇ ਵਿੱਚ ਜਲੀਲ ਕਰਨ ਆ ਗਿਆ, ਕੀ ਜਾਣਦੇ ਹੋ ਦੱਸੋ ਮੇਰੇ ਬਾਰੇ? ਉਹ ਰੱਬ ਨੂੰ ਨਹੀਂ ਸੀ ਮੰਨਦਾ। ਸੁਣਿਓ ਇਹ ਕੌਣ ਨੇ ਤੇ ਕੀ ਕਰ ਸਕਦੇ ਆ? ਕਹਿੰਦੇ ਕੀ ਜਾਣਦੇ ਹੋ ਮੇਰੇ ਬਾਰੇ ਦੱਸੋ? ਸਾਈਂ ਜੀ ਨੇ ਹੱਸਦੇ ਹੋਏ ਕਿਹਾ, ਕਹਿੰਦਾ ਕੱਲ੍ਹ ਤੇਰੇ ਘਰ ਇੱਕ ਮੱਝ ਲਿਆਂਦੀ ਹੈ ਨਾ ਤੂੰ? ਹਾਂਜੀ। ਜਾ ਕਹਿੰਦੇ ਕੱਲ੍ਹ ਲਿਆਂਦੀ ਹੈ ਤੇ ਕੱਲ੍ਹ ਮਰ ਜਾਣੀ, ਅਗਲੇ ਦਿਨ ਮਰ ਜਾਣੀ। ਉਹ ਕਿਹਾ ਉਹਨੇ ਜਾਂਦੇ ਸਾਰ ਹੀ ਮੱਝ ਲੱਖ ਰੁਪਏ ਦੀ 90 ਚ ਵੇਚਤੀ। ਦੇਖਦੇ ਘਾਟਾ ਪੈਂਦਾ ਕਿ ਨਹੀਂ ਪੈਂਦਾ। ਔਰ ਹਕੀਕਤ ਦੇ ਵਿੱਚ ਉਹ ਮੱਝ ਕਿਸੇ ਦੇ ਘਰੇ ਗਈ, ਉੱਥੇ ਮਰ ਗਈ। ਉਹਨੇ ਸੋਚਿਆ ਹੈ ਇੱਕ ਤੁੱਕਾ ਵੀ ਹੋ ਸਕਦਾ ਕਹਿੰਦੇ ਉਸ ਬਾਬੇ ਦਾ। ਚਲੋ ਦੁਬਾਰਾ ਚੱਲੀ ਉਸ ਪੀਰ ਕੋਲ, ਫਿਰ ਆਪਣੇ ਹੁਦਰੇ 'ਚ ਬੈਠੇ ਆ, ਸੰਗਤ 'ਚ ਬੈਠੇ ਆ। ਕਹਿੰਦੇ ਬਾਬਾ ਜੀ ਜਿਹੜੀ ਤੁਸੀਂ ਗੱਲ ਕਹੀ ਸੀ ਪੂਰੀ ਹੋ ਗਈ, ਪਰ ਮੈਨੂੰ ਯਕੀਨ ਨਹੀਂ ਹਲੇ ਵੀ ਹੋਇਆ, ਇੱਕ ਦੀ ਗੱਲ ਹੋਰ ਦੱਸੋ। ਮਹਾਰਾਜ ਕਹਿੰਦੇ ਤੇਰੇ ਘਰ ਇੱਕ ਚੰਗੀ ਨਸਲ ਦਾ ਘੋੜਾ ਖੜਿਆ ਨਾ, ਪਰਸੋਂ ਉਹਨੇ ਮਰ ਜਾਣਾ। ਉਹ ਕਹਿੰਦਾ ਹੈ ਉਹਨੇ ਘੋੜਾ ਵੇਚ ਦਿੱਤਾ 10-20 ਹਜ਼ਾਰ ਦੇ ਘਾਟੇ ਨਾਲ, ਔਰ ਦਿਨ ਚੜ੍ਹਨ ਦਾ ਇੰਤਜ਼ਾਰ ਕਰ ਰਿਹਾ। ਜਿਸ ਬੰਦੇ ਨੂੰ ਵੇਚਿਆ ਉਹਦੇ ਘਰ ਉਸੇ ਦਿਨ ਦੇਖਣ ਗਿਆ, ਘੋੜਾ ਸੱਚੀ ਮਰ ਗਿਆ ਬਾਬੇ। ਉਹਨੇ ਸੋਚਿਆ ਫਕੀਰ ਦੀਆਂ ਦੋ ਗੱਲਾਂ ਸੱਚੀਆਂ ਹੋ ਗਈਆਂ, ਚਲੋ ਇੱਕ ਵਾਰੀ ਫਿਰ ਪੁੱਛਦੇ ਹਾਂ। ਜੇ ਫਿਰ ਉਹਨੇ ਕੋਈ ਸੱਚੀ ਗੱਲ ਕਰਤੀ ਫਿਰ ਉਹਨੂੰ ਰੱਬ ਨੂੰ ਅਸੀਂ ਮੰਨ ਲੈਣਾ। ਕਹਿੰਦਾ ਬਾਬਾ ਜੀ ਮੰਨਿਆ ਤੁਸੀਂ ਫਕੀਰ ਹੋ, ਤੁਹਾਡੀ ਦੋ ਗੱਲਾਂ ਪੂਰੀਆਂ ਹੋ ਗਈਆਂ, ਤੀਜੀ ਇੱਕ ਹੋਰ ਦੱਸ ਦਿਓ। ਸਰਕਾਰ ਮੌਤ ਚ ਆ ਕੇ ਕਹਿੰਦੇ ਜਾਓ 7 ਦਿਨ ਬਾਅਦ ਤੂੰ ਮਰ ਜਾਣਾ। ਸਰਕਾਰ ਕਹਿੰਦੇ ਜੇ ਐਡੀ ਸਾਡੀ ਇਮਤਿਹਾਨ ਸਾਡਾ ਲੈਣ ਆਇਆ, 7 ਦਿਨ ਬਾਅਦ ਤੈਂ ਮਰ ਜਾਣਾ। ਹੁਜਰੇ ਚ ਬੈਠਾ ਫਕੀਰ ਜਦੋਂ ਬੋਲਦਾ ਫਿਰ ਰੱਬ ਗੱਲ ਟਾਲ ਨਹੀਂ ਸਕਦਾ। ਉਹ ਇਨਸਾਨ ਚਿੰਤਾ 'ਚ ਜੀਣ ਲੱਗ ਗਿਆ, ਜਿਵੇਂ ਜਿਵੇਂ ਦਿਨ ਨੇੜੇ ਆਇਆ ਸੁੱਕ ਕੇ ਤੀਲਾ ਹੋ ਗਿਆ। ਆਵਾਜ਼ਾਂ ਮਾਰ ਰਿਹਾ ਲੋਕਾਂ ਨੂੰ, ਓਏ ਦੀਨ ਦੁਨੀਆ ਦੇ ਲੋਕੋ, ਓਏ ਮੈਨੂੰ ਕਿਸੇ ਨੇ ਕਿਹਾ ਮੱਝ ਨੇ ਮਰ ਜਾਣਾ, ਮੈਂ ਵੇਚ ਕੇ ਬਚਾ ਲਿਆ ਆਪਣੇ ਆਪ ਨੂੰ, ਘੋੜਾ ਪੈਸਾ ਬਚਾ ਲਿਆ ਵੇਚ ਕੇ, ਓਏ ਕੋਈ ਮੈਨੂੰ ਆ ਕੇ ਬਚਾ ਲਵੇ, ਮੈਂ ਆਪਣੀ ਦੇਹੀ ਦਾ ਕੀ ਕਰਾਂ? ਰਿਸ਼ਤੇਦਾਰ ਇਕੱਠੇ ਹੋ ਗਏ, ਕੀ ਹੋ ਗਿਆ? ਓਏ ਮੈਨੂੰ ਬਚਾ ਲਓ, ਮੈਂ ਕੱਲ੍ਹ ਨੂੰ ਮਰ ਜਾਣਾ, ਮੇਰੀ ਹਾਲਤ ਬੜੀ ਖਰਾਬ ਆ। ਬਾਬਿਓ ਸਿਆਣਾ ਤੁਹਾਡੇ ਵਰਗਾ ਕੋਈ ਸਿਆਣਾ ਬਾਬਿਓ? ਕਹਿੰਦਾ ਤੈਨੂੰ ਗੱਲ ਹੋਈ ਕੀ ਆ? ਉਹਨੇ ਸਾਰੀ ਜਦੋਂ ਵਾਰਤਾ ਸੁਣਾਈ ਨਾ, ਉਹ ਕਹਿੰਦਾ ਜੇ ਘੋੜੇ ਨੂੰ ਖਰੀਦਣ ਵਾਲੇ ਵੀ ਵਪਾਰੀ ਸੀ, ਮੱਝ ਨੂੰ ਵੀ ਖਰੀਦਣ ਵਾਲੇ ਵਪਾਰੀ ਸੀ, ਤੈਨੂੰ ਖਰੀਦਣ ਵਾਲਾ ਉਹੀ ਵਪਾਰੀ ਹੈ ਜਿਹਨੇ ਤੈਨੂੰ ਕਿਹਾ ਹੈ ਕਿ ਜਾ ਤੂੰ ਮਰ ਜਾਏਗਾ, ਜਾ ਉਹਦੇ ਕੋਲ ਚਲਾ ਜਾ, ਜਾ ਉਹਦੇ ਕੋਲ ਚਲਾ ਜਾ, ਬਖਸ਼ਿਆ ਜਾਏਗਾ। ਉਹ ਗਿਆ ਬਾਬਿਓ,
ਰੋ ਕੇ ਤਾਹਾ ਮਾਰ ਕੇ ਕਹਿੰਦਾ ਸੱਚੇ ਪਾਤਸ਼ਾਹ ਬਖਸ਼ ਲੈ ਮੈਨੂੰ, ਓਏ ਮੇਰਾ ਕੋਈ ਖਰੀਦਦਾਰ ਨਹੀਂ, ਮੈਨੂੰ ਖਰੀਦ ਲੈ। ਪਰ ਫਕੀਰਾਂ ਦਾ ਦਿਲ ਵੀ ਬੜਾ ਨਰਮ ਹੁੰਦਾ, ਕਿਉਂਕਿ ਜਦੋਂ ਭੁੱਲਿਆ ਭਟਕਿਆ ਕੋਈ ਆ ਜਾਵੇ ਨਾ, ਉਹਨੂੰ ਖਾਲੀ ਨਹੀਂ ਮੋੜਦੇ। ਕਹਿੰਦਾ ਆ ਗਿਆ, ਮੌਤ ਤੋਂ ਡਰ ਲੱਗ ਰਿਹਾ ਪਾਤਸ਼ਾਹ, ਮੈਂ ਅਜੇ ਹੋਰ ਜਿਉਣਾ ਚਾਹੁੰਦਾ। ਜਦੋਂ ਦੇਖੀਆਂ ਨਜ਼ਰਾਂ, ਉਹਦੇ ਅੰਦਰ ਇਮਾਨ ਤੇ ਸੱਚ ਬੋਲ ਰਿਹਾ ਸੀ ਉਹ। ਤੇ ਫਕੀਰ ਨੇ ਤਾਂ ਨੂੰ ਦੇਖ ਕੇ ਕਿਹਾ, ਕਹਿੰਦਾ ਅੱਜ ਤੋਂ ਅਸੀਂ ਖਰੀਦ ਲਿਆ ਜਾ, ਇਹਦੇ ਬੰਨੀ ਝਾਕ ਕੇ ਨਾ ਦੇਖੀ ਸਾਡਾ ਹੋ ਗਿਆ। ਉਹ ਜ਼ਿੰਦਗੀ ਭਰ ਜਿਉਂਦਾ ਰਿਹਾ, ਜਦੋਂ ਉਹਦੀ ਮੌਤ ਆਉਣੀ ਸੀ ਆ ਗਈ, ਪਰ ਉਹ ਮਰਿਆ ਨਹੀਂ। ਇਹ ਫਕੀਰ ਉਹ ਨੇ ਬਾਬਿਓ, ਇਹਨਾਂ ਦੀ ਸੰਗਤ ਕਰਿਆ ਕਰੋ। ਦੂਜੀ ਗੱਲ, ਸਾਡੇ ਇੱਕ ਪੰਜਾਬ 'ਚ ਵੀ ਫਕੀਰ ਨਸ਼ੇ ਸਿਖਾਉਂਦੇ ਆ। ਮੈਨੂੰ ਤਾਂ ਅੱਧੀ ਉਮਰ ਹੋ ਗਈ ਫਕੀਰਾਂ ਨਾਲ ਲੱਗਿਆ, ਮੈਨੂੰ ਤਾਂ ਜੇ ਕਿਸੇ ਨੇ ਸਿਖਾਇਆ ਨਹੀਂ। ਮੰਨਦੇ ਹਾਂ ਕੋਈ ਸੂਟਾ ਲਾਉਂਦਾ, ਉਹਦੀ ਮੌਜ ਹੋ ਸਕਦੀ ਹੈ, ਪਤਾ ਨਹੀਂ ਕਿੱਥੇ ਕੋਈ ਜੁੜੀ ਹੈ ਤਾਰ। ਪਰ ਉਹਨੇ ਕਿਸੇ ਨੌਜਵਾਨ ਨੂੰ ਥੋੜ੍ਹੀ ਕਿਹਾ ਵੀ ਤੂੰ ਵੀ ਸੂਟਾ ਮਾਰ, ਤੂੰ ਵੀ ਪੀ। ਮੰਨ ਕੇ ਇਹ ਗੱਲ ਅਸੀਂ ਮੰਨਦੇ ਹਾਂ, ਫਕੀਰ ਚਲੋ ਸਿਗਰਟ ਪੀਂਦਾ, ਉਹ ਬਾਬੇ ਉਹ ਜੇ ਮੁੰਡਿਆਂ ਨੂੰ ਨਸ਼ਾ ਲੱਗਦਾ ਤਾਂ ਉਹਦੇ ਕੋਲ ਤਾਂ ਫਿਰ ਬੀਬੀਆਂ ਵੀ ਬੈਠਦੀਆਂ ਗੇ, ਫਿਰ ਬੀਬੀਆਂ ਕਿਉਂ ਨਹੀਂ ਪੀਂਦੀਆਂ, ਕਿਉਂ ਨਹੀਂ ਪੀਂਦੀਆਂ? ਇਹ ਤਾਂ ਫਿਰ ਆਪ ਲਾਇਆ ਨਾ ਨਸ਼ਾ। ਮੈਨੂੰ ਅੱਜ 22 ਸਾਲ ਹੋ ਗਏ ਗਾਉਂਦੇ ਨੂੰ, ਇਹਨਾਂ ਪੀਰਾਂ ਫਕੀਰਾਂ ਦੀ ਸੰਗਤ ਕਰਦਿਆਂ ਨੂੰ, ਮੈਨੂੰ ਕਿਸੇ ਨੇ ਕਿਉਂ ਨਹੀਂ ਨਸ਼ਾ ਲਾ ਦਿੱਤਾ? ਇਹਨਾਂ ਨੇ ਜਿਹੜੇ ਨਸ਼ੇ 'ਚ ਮੈਨੂੰ ਡੁਬੋਇਆ, ਮੈਨੂੰ ਉਹਦੇ 'ਚੋਂ ਸੋਧੀ ਨਹੀਂ ਆਉਂਦੀ, ਮੈਂ ਦੂਜਾ ਨਸ਼ਾ ਕਰਾਂ ਕਿਵੇਂ? ਹੈ, ਸਮਝਿਆ ਕਰੋ ਫਕੀਰਾਂ ਨੂੰ, ਬਾਕੀ ਜਿਉਂਦੇ ਵਾਸਤੇ ਰਹੋ।